टाइटन एकदम मलबा चुकना है ते जरा लोया लोया चुक लेंदे हो ते गोते उन्हां नूं लाने आंदे ने समंदर विच्चों कढ़ना है मलबा गोताखोरना जी गोताखोर सानू सिर्फ जहाज दा पता है लोकी सानू जहाज कहंदे ने ਇਹ ਤੁਹਾਨੂੰ ਪਤਾ ਹੋਰ ਸਾਨੂੰ ਟਾਈਟੈਨਿਕ ਦਾ ਕੀ ਜਹਾਜ਼ ਹੁੰਦਾ ਹੈ ਨਹੀਂ ਪਤਾ ਸਾਨੂੰ ਮੈਨੂੰ ਤੇਰਾ ਤੁਸੀਂ 4500 ਰੁਪਇਆ ਦੇ ਦੇਣਾ ਹਾਂ ਸਮੁੰਦਰ 'ਚ ਗੋਤੇ ਵੀ ਲਾਣੇ ਨੇ ਫਿਰ ਅਸਲਾਮ ਅਲੈਕੁਮ ਮੈਂ ਹੂੰ ਆਪਕੀ ਹੋਸਟ ਆਇਸ਼ਾ ਨਦੀਮ ਔਰ ਆਪ ਦੇਖ ਰਹੇ ਮੇਰਾ ਟੀਵੀ ਅੱਜ ਮੈਂ ਆਈ ਹੂੰ ਇੱਕ ਨਿਸ਼ਈ ਸੇ ਇੰਟਰਵਿਊ ਕਰਨੇ ਜੈਸਾ ਕਿ ਆਪ ਜਾਣਦੇ ਕਿ ਟਾਈਟੈਨਿਕ ਵਾਲਾ ਸੀਨ ਬਹੁਤ ਹੀ ਬਹੁਤ ਜ਼ਿਆਦਾ ਵਾਇਰਲ ਹੈ ਔਰ ਅੱਜ ਹਮ ਚਾਹਤੇ ਹੈ ਕਿ ਟਾਈਟੈਨਿਕ ਕਾ ਮਲਬਾ ਉਠਾਇਆ ਜਾਏ ਤਾਂ ਕਿ ਕੋਈ ਔਰ ਉਸਕੀ ਤਲਾਸ਼ ਮੇਂ ਨਾ ਜਾਏ ਇਹ ਮਾਮਲਾ ਹੱਲ ਹੋ ਜਾਏ ਔਰ ਅੱਜ ਮੈਂ ਇਹ ਨਿਸ਼ਈ ਕੇ ਪਾਸ ਇਸਸੇ ਮਜ਼ੀਦ ਬਾਤ ਕਰਤੇ ਹੈ ਹੈਲੋ मैं डर भी रही हूँ लेकिन मैं बात करती हूँ अस्सलाम वालेकुम वालेकुम सलाम की नाम है मेरा नाम टुन्नू टुन्नू नाम किन्ने रखे थोड़ा टुन्नू असी सिरगढ़ पीने हाँ ते नशा करने ते लोग सानू कहन लगे टुन्नू टुन्नू ते टुन्नू बन गए असी ते नशा कदों दा करदे पे हो नशा हो गया बस वाबा देरी हो गई नशा कर दे देर हो गई हाँ जी ना देर हो गई ते टाइटैनिक दा पता है तुहानू टाइटैनिक की होंदा जी सानू तो नहीं पता टाइटैनिक जहाज है हर दुनिया विच वायरल है बड़ा ना है टाइटैनिक दा तुहानू क्यों नहीं पता सानू सिर्फ जहाज दा पता है लोकी सानू जहाज कहंदे ने ਇਹ ਤੁਹਾਨੂੰ ਪਤਾ ਹੋਰ ਸਾਨੂੰ ਟਾਈਟੈਨਿਕ ਦਾ ਕੀ ਜਹਾਜ਼ ਹੁੰਦਾ ਹੈ ਨਹੀਂ ਪਤਾ ਸਾਨੂੰ ਮੈਨੂੰ ਕਿਸੇ ਬੰਦੇ ਨੇ ਭੇਜਿਆ ਉਹਨੇ ਕਿਹਾ ਟਾਈਟੈਨਿਕ ਦਾ ਮਲਬਾ ਚੁੱਕਣਾ ਹੈ ਅਤੇ ਜ਼ਰਾ ਲੋਹਿਆ ਲੋਹਿਆ ਚੁੱਕ ਲੈਂਦੇ ਹੋ ਲੋਹਿਆ ਤਾਂ ਹਾਂਜੀ ਚੁੱਕੀ ਤਾਂ ਅਸੀਂ ਫੁੱਲ ਚੁੱਕ ਲੈ ਕੇ ਜਾ ਰਹੇ ਹਾਂ ਚੁੱਕ ਲਈ ਤਾਂ ਨਸ਼ਿਆਂ ਵਿੱਚ ਤਿੰਨ ਵਿਸ਼ੇ ਤੁਸੀਂ ਆਪ ਇੱਥੇ ਝੂਮਦੇ ਰਹਿੰਦੇ ਹੋ ਚੱਕਰ ਆਉਂਦੇ ਨੇ ਕਿ ਲੋਕ ਡਰਦੇ ਨੇ ਤੁਹਾਡੇ ਕੋਲੋਂ ਪਰ ਰਾਤਾਂ ਨੂੰ ਤੁਸੀਂ ਚੀਜ਼ਾਂ ਕਿਵੇਂ ਚੁੱਕ ਲੈਂਦੇ ਹੋ ਇੰਨੀ ਤਾਕਤ ਇੰਨੀ ਐਨਰਜੀ ਬੋਨ ਬਿਠਾ ਪੀਂਦੇ ਹੋ ਨਹੀਂ ਸਾਨੂੰ ਜੇ ਨਸ਼ਾ ਕਰੀਦਾ ਨਾ ਇਹਦੇ ਨਾਲ ਤਾਕਤ ਆ ਜਾਂਦੀ ਹੈ ਲੋਹਿਆ ਵੇਖ ਕੇ ਤਾਂ ਸਾਡੀਆਂ ਅੱਖਾਂ ਉਂਝ ਵਰੀਆਂ ਖੁੱਲ ਜਾਂਦੀਆਂ ਤੇ ਫਿਰ ਟਾਈਟੈਨਿਕ ਦਾ ਮਲਬਾ ਚੁੱਕਣ ਵਾਸਤੇ ਸਾਨੂੰ ਬੰਦੇ ਚਾਹੀਦੇ ਨੇ ਕਿੱਥੋਂ ਚੁੱਕਣਾ ਕਿਹੜੀ ਜਗ੍ਹਾ ਤੋਂ ਚੁੱਕਣਾ ਕਿਹੜੀ ਏਰੀਏ 'ਚ ਚੁੱਕਣਾ ਸਮੁੰਦਰ ਵਿੱਚ ਜਾਣਾ ਗੋਤੇ ਗੋਤੇ ਖਾ ਲੈਂਦੇ ਹੋ ਨਹੀਂ ਠੰਡ ਬੜੀ ਲੱਗਦੀ ਸਮੁੰਦਰ ਠੰਡਾ ਤਾਂ ਨਹੀਂ ਹੁੰਦਾ ਸਮੁੰਦਰ ਤੇ ਪਾਣੀ ਤੇ ਠੰਡਾ ਹੀ ਹੁੰਦਾ ਹੈ ਤੇ ਇਹ ਤੁਸੀਂ ਕੰਬਲ ਕੁੰਬਲ ਇੰਨੀ ਗਰਮੀ ਵਿੱਚ ਲੈ ਕੇ ਬੈਠੇ ਹੋਏ ਹੋ ਕਿਉਂ ਸਾਨੂੰ ਠੰਡ ਲੱਗਦੀ ਹੈ ਨਸ਼ਾ ਕਰੀਦਾ ਨਾ ਹਵਾਵਾਂ ਠੰਡੀਆਂ ਚੱਲਦੀਆਂ ਪਈ ਅੱਜ ਕੱਲ੍ਹ ਬਾਰਿਸ਼ਾਂ ਹੋ ਰਹੀਆਂ ਤੇ ਖੁੱਲ੍ਹੇ ਮੈਦਾਨ 'ਚ ਰਹੀਦਾ ਤਾਂ ਫਿਰ ਇੰਝ ਹੀ ਹੁੰਦਾ ਨਾ ਕੀ ਕਰੀਏ ਹੁਣ ਅੱਛਾ ਮੈਨੂੰ ਇਹ ਦੱਸੋ ਸਾਨੂੰ 15-20 ਲੋਕ ਚਾਹੀਦੇ ਨੇ ਹੈਗੇ ਨੇ ਤੁਹਾਡੀ ਨਜ਼ਰ ਵਿੱਚ ਕੋਈ ਮਲਬਾ ਚੁੱਕਣ ਵਾਸਤੇ ਆਹੋ ਮਲਬਾ ਚੁੱਕਣ ਵਾਸਤੇ ਤੇ ਲੋਹਿਆ ਹੈਗਾ ਲੋਹਿਆ ਲੋਹਿਆ ਹੈਗਾ ਟਾਈਟੈਨਿਕ ਦਾ ਲੋਹਿਆ 5-6 ਬੰਦੇ ਹੈਗੇ ਨੇ ਸਾਡੇ ਕੋਲ ਹਾਂਜੀ ਤੇ ਕਿੰਨੇ ਪੈਸੇ ਲਓਗੇ 5-6 ਬੰਦਿਆਂ ਦੇ 5-6 ਬੰਦਿਆਂ ਦਾ ਤੁਸੀਂ ਦੇ ਦੇਣਾ 4500 ਦੇ ਦੇਣਾ ਤੁਸੀਂ 5-6 ਬੰਦਿਆਂ ਦਾ 4500 ਵਾਰੇ ਖਾਏਗਾ ਹਾਂਜੀ ਖਾ ਜਾਏਗਾ ਸਾਨੂੰ ਵਾਰੇ ਅਸੀਂ ਨਸ਼ਾ ਕਰਨਾ ਹੁੰਦਾ ਅਸੀਂ ਕੀ ਕਰਨਾ ਹੁੰਦਾ ਸਾਨੂੰ ਖਾ ਜਾਏਗਾ ਤੇ ਗੋਤੇ ਗੋਤੇ ਉਹਨਾਂ ਨੂੰ ਲਾਣੇ ਆਉਂਦੇ ਨੇ ਸਮੁੰਦਰ ਵਿੱਚੋਂ ਕੱਢਣਾ ਹੈ ਮਲਬਾ ਗੋਤਾਖੋਰਨਾ ਜੀ ਗੋਤਾਖੋਰਨਾ ਹਾਂਜੀ ਗੋਤਾਖੋਰਨਾ ਤੇ ਸਮੁੰਦਰ ਵਿੱਚੋਂ ਵੀ ਤੁਸੀਂ ਜਾ ਕੇ ਕੋਈ ਇੱਥੇ ਚੁੱਕਦੇ ਹੋ ਲੋਇਆ ਲੋਇਆ ਨਾ ਚੁੱਕ ਲਾਂਗੇ ਟਾਈਟੈਨਿਕ ਦਾ ਲੋਇਆ ਕਾਪੀ ਮੁਕਾ ਕਿੱਸਾ ਹੀ ਮੁਕਾ ਲਾਂਗੇ ਸਾਰਾ ਕਿੱਸਾ ਹੀ ਮੁਕਾ ਦੇਣਾ ਕਿੱਸਾ ਹੀ ਮੁਕਾ ਦੇਣਾ ਚਾਹੁੰਦੇ ਹੋ ਤੁਸੀਂ ਹਾਂਜੀ ਕਿੱਸਾ ਹੀ ਮੁਕਾ ਨਾ ਕੋਈ ਜਾਏ ਤੇ ਨਾ ਕੋਈ ਮਰੇ ਇੰਨਾ ਦਰਦ ਦੇ ਲੋਕਾਂ ਵਾਸਤੇ ਕਿਉਂ ਹੈ ਤੁਹਾਡੇ ਵਿੱਚ ਸਾਡੇ 'ਚ ਬੜਾ ਦਰਦ ਦੇ ਲੋਕਾਂ ਦਿਲ 'ਚ ਨਹੀਂ ਹੈਗਾ ਸਾਡੇ ਵਾਸਤੇ ਸਾਨੂੰ ਗੱਲਾਂ ਕਰਦੇ ਨੇ ਲੋਕ ਅੱਛਾ ਇਹ ਨਸ਼ਾ ਛੱਡ ਕਿਉਂ ਨਹੀਂ ਦਿੰਦੇ ਨਸ਼ਾ ਛੱਡ ਦਾਂਗੇ ਜਦੋਂ ਦੁਨੀਆ ਛੱਡਾਂਗੇ ਨਸ਼ਾ ਵੀ ਛੁੱਟ ਜਾਏਗਾ ਉਂਝ ਨਹੀਂ ਛੁੱਟਣਾ ਅੱਛਾ ਵਿਆਹ ਕਿਉਂ ਨਹੀਂ ਕੀਤਾ ਤੁਸੀਂ ਵਿਆਹ ਕਰਨਾ ਸੀ ਕੁੜੀ ਸਾਨੂੰ ਪਸੰਦ ਸੀ ਮੈਨੂੰ ਤੇ ਫਿਰ ਕੀ ਹੋਇਆ ਕਿ ਉਹ ਕੁੜੀ ਕਹਿੰਦੀ ਤੂੰ ਨਹੀਂ ਮੈਨੂੰ ਪਸੰਦ ਉਹਨੂੰ ਕੋਈ ਹੋਰ ਮਿਲ ਗਿਆ ਤੇ ਮੈਂ ਉਹਨੂੰ ਕਿਹਾ ਤੂੰ ਕਿਉਂ ਨਹੀਂ ਮੇਰੇ ਨਾਲ ਵਿਆਹ ਕਰਨਾ ਤੇ ਕਹਿੰਦੀ ਤੂੰ ਹੈਗਾ ਹੀ ਫਾਲਤੂ ਬੰਦਾ ਹੈ ਤੇ ਮੈਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗੀਆਂ ਤੇ ਫਿਰ ਮੈਂ ਕਿਹਾ ਉਹਨੇ ਤਾਂ ਮਿਲਣਾ ਨਹੀਂ ਫਿਰ ਮੈਂ ਨਸ਼ੇ ਨਾਲ ਮੁਹੱਬਤ ਕਰ ਲਈ ਨਸ਼ੇ ਨਾਲ ਮੁਹੱਬਤ ਐਸੀ ਹੋਈ ਉਹ ਨਸ਼ਾ ਐਸਾ ਹੈ ਜਿਹੜਾ ਸਾਡੇ ਨਾਲ ਮੁਹੱਬਤ ਕਰਦਾ ਹੈ ਅਤੇ ਅਸੀਂ ਉਹਦੇ ਨਾਲ ਕਰਦੇ ਹਾਂ ਸਮਝ ਲਓ ਇਹੀ ਸਾਡੀ ਸ਼ਾਦੀ ਹੈ ਅਤੇ ਇਹੀ ਸਾਡਾ ਸਭ ਮੈਂ ਸੁਣਿਆ ਨਸ਼ਈਆਂ ਦੀ ਆਵਾਜ਼ ਬੜੀ ਸੋਹਣੀ ਹੁੰਦੀ ਹੈ ਤਾਂ ਕੋਈ ਗਾਣਾ ਜ਼ਰਾ ਸੁਣਾ ਦਿਓ ਸਾਨੂੰ ਤੁਸੀਂ ਮਲਬਾ ਚੁਕਵਾਉਣਾ ਹੈ ਕਿ ਮੇਰੇ ਕੋਲ ਗਾਣਾ ਗਵਾਉਣਾ ਹੈ ਅਸੀਂ ਮਲਬਾ ਵੀ ਚੁਕਵਾਉਣਾ ਹੈ ਅਤੇ ਗਾਣਾ ਵੀ ਸੁਣਨਾ ਹੈ ਅਤੇ ਜ਼ਰਾ ਕੋਈ ਦੋ ਲੈਣਾ ਗਾਣਾ ਵੀ ਸੁਣਾ ਦਿਓ ਗਾਣਾ ਸੁਣਾ ਦਿੰਦੇ ਹਾਂ ਤੁਹਾਨੂੰ ਆਉਂਦਾ ਮੈਨੂੰ ਜਦੋਂ ਮੈਂ ਆਸ਼ਿਕ ਹੋਣਾ ਸਾਂ ਉਦੋਂ ਮੈਂ ਗਾਣੇ ਗਾਉਂਦਾ ਹੁੰਦਾ ਸਾਂ ਅਤੇ ਹੁਣ ਨਸ਼ਈਆਂ ਹੁਣ ਜ਼ਰਾ ਜ਼ਿਆਦਾ ਅੱਛੇ ਗਾਣਾ ਅਤੇ ਮੁੰਡੇ ਛੁੰਡੇ ਇਕੱਠੇ ਹੁੰਦੇ ਨੇ ਅਤੇ ਫਿਰ ਉਹਨਾਂ ਨੂੰ ਸੁਣਾਈਦਾ ਸਹੀ ਚਲੋ ਫਿਰ ਸਾਨੂੰ ਵੀ ਸੁਣਾ ਦਿਓ ਸਾਨੂੰ ਵਿਊਵਰ ਸਾਨੂੰ ਵੇਖਦੇ ਪਏ ਨੇ ਕੋਈ ਗਾਣਾ ਸੁਣਾ ਦਿਓ ਵੇਖ ਲੈਣ ਢੱਜ ਕੇ ਵੇਖ ਲੈਣ ਮੈਂ ਆਪਣੇ ਕਰੈਕਟਰ ਤੇ ਤੁਹਾਨੂੰ ਸੁਣਾਉਣਾ ਗਾਣਾ ਕਿ ਆਪਣੇ ਅੱਛਾ ਜੀ ਥੋੜੇ ਘੁੰਗਟ ਤੇ ਪਿੱਛੇ ਕਰ ਲਵੋ ਹੋਏ ਮੈਨੂੰ ਠੰਡ ਬੜੀ ਲੱਗਦੀ ਹੈ ਖਾਲਾ ਜੀ ਠੰਡ ਬੜੀ ਲੱਗਦੀ ਹੈ ਤੁਹਾਨੂੰ ਵੇਖ ਕੇ ਮੈਨੂੰ ਇੰਥੇ ਪਸੀਨੇ ਚੋਂਦੇ ਪਏ ਨੇ ਵੇਖੋ ਕਿੰਨਾ ਪਸੀਨਾ ਆ ਗਿਆ ਖਾਲਾ ਜੀ ਠੰਡ ਬੜੀ ਹੈ ਅਸੀਂ ਨਸ਼ਾ ਕਰਨੇ ਆ ਹਵਾਵਾਂ ਠੰਡੀਆਂ ਚੱਲਣ ਲੱਗ ਗਈਆਂ ਪਤਾ ਨਹੀਂ ਰੱਬ ਨੂੰ ਸਾਡਾ ਤਾਂ ਤਰਸ ਨਹੀਂ ਆਉਂਦਾ ਕੀ ਕਰੀਏ ਫਿਰ ਹੁਣ ਚਲੋ ਤੁਹਾਨੂੰ ਗਾਣਾ ਸੁਣਾ ਦਾਂ ਇਰਸ਼ਾਦ ਇਰਸ਼ਾਦ ਕੌਣ ਹੈ ਇਰਸ਼ਾਦ ਮੇਰੇ ਤਾਏ ਦਾ ਮੁੰਡਾ ਹੈ ਗਾਣਾ ਸੁਣਾਓ ਤੁਸੀਂ ਉਹਨੂੰ ਕੇ ਵਿੱਚ ਲੈ ਕੇ ਆ ਰਹੇ ਤੁਸੀਂ ਇਰਸ਼ਾਦ ਨੂੰ ਅੱਛਾ ਤੁਹਾਨੂੰ ਮੈਂ ਗਾਣਾ ਸੁਣਾਉਣਾ ਮੁਝੇ ਪੀਨੇ ਕਾ ਸ਼ੌਕ ਨਹੀਂ ਪੀਤਾ ਹੂੰ ਗੰਬੂ ਲਾਨੇ ਕੋ
तेरी यादें बुलाने को, तेरी यादें बुलाने को, दो कश भी लाने को। जी खाला जी गाना सही है ना, वास्ते बड़ी सुरीली रखी हुई थे। अच्छा मैं दसो फिर मलबा किन्ने च मुकदे हो, कि टाइटिंग का मलबा चुकना है, पांच छे मुंडे चाहिए ने, किन्ने पैसे मुकाओ मेरे नाल? ना मुकाया तो है मैं चलो तुम 4200 रुपया दे देना। हाँ समुंडे च गोते भी लाने ने, फिर टाइम ठंड भी लगती है, तुम्हें पता 4500 बड़ा। तो यह गरंटी कर दे, तुम इतने नशा करके टुन हो ना, तारा नाम आपका टुन बाबा है, तो फिर मैं क्या कहूँगी? कोई सानू गरंटी शरंटी मिलेगी इस चीज़ की? गरंटी तुम इतने ही मिलेंगे, असं टेंशन नहीं लैनी, तुम सा मुकाओ एडवांस दे देना। अच्छा तो साढ़े ना मुका जाना, मैं मुंडे शुंडे कट्ठे कर लाँगा। कि समुद्र च है? अमेरिका समुद्र च कितने? आहो उत्थे अमेरिका दे विच। चलो लब लंघ इंदा किस्सा ही मुकाइए, दुनिया जी खजल होंगी भैया ना, इंदा किस्सा ही मुका दी, बस ठीक हो गया। आ जाना तुम। चले जी, अब हम लोगों ने एक निशई ढूंढ लिया। इसके बहुत से साथी भी हैं, वो कहते हैं कि हम मलबा ढूंढने के लिए, तलाश करने के लिए तैयार हैं। और आपने बताना है कि वीडियो कैसी लगी, हमने गाना भी सुनवाया और दुख भरी दास्तान भी सुनी। इसी के साथ अपनी होस्ट आयशा नदीम को इजाज़त दें, फिर मिलेंगे एक न्यू वीडियो के साथ। अल्लाह हाफिज़।